ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਹੱਥ ਜੋੜ ਕੇ ਬੇਨਤੀ ਹੈ, ਵੀਡੀਓ ਜ਼ਰੂਰ ਸ਼ੇਅਰ ਕਰੋ। ਕਿਉਂ ਕਰਿਓ? ਕਿਉਂਕਿ ਸੈਕਟਰ 69 ਮੋਹਾਲੀ ਦੇ ਵਿੱਚ ਕੋਵਿਡ ਕੇਅਰ ਸੈਂਟਰ ਸੰਗਤ ਦੇ ਸਹਿਯੋਗ ਦੇ ਨਾਲ ਸ਼ੁਰੂ ਹੋ ਗਿਆ। ਸੰਗਤ ਦੇ ਸਹਿਯੋਗ ਦੇ ਨਾਲ ਕੋਵਿਡ ਕੇਅਰ ਸੈਂਟਰ ਟੋਟਲ ਫ੍ਰੀ ਆਫ ਕੋਸਟ। ਆਕਸੀਜਨ ਦੀ ਕਮੀ ਆ ਰਹੀ ਹੈ, ਤੁਸੀਂ ਸਿੱਧਾ ਕੰਟੈਕਟ ਕਰੋ 9814119214, 9841 1914। ਟੋਟਲ ਫ੍ਰੀ ਆਫ ਕੋਸਟ ਆਕਸੀਜਨ ਮਿਲੇਗੀ। ਬਹੁਤ ਹੀ ਵਧੀਆ ਫੈਸਿਲਿਟੀ ਕ੍ਰੀਏਟ ਕੀਤੀ ਗਈ ਹੈ, ਲੇਕਿਨ ਇਹ ਕਾਮਯਾਬ ਤਾਂ ਹੋਏਗੀ ਜੇ ਤੁਸੀਂ ਇਹ ਵੀਡੀਓਜ਼ ਨੂੰ ਅਲੱਗ ਅਲੱਗ ਪਲੇਟਫਾਰਮ 'ਤੇ ਸ਼ੇਅਰ ਕਰੋਗੇ। ਇਹ ਬਹੁਤ ਜ਼ਰੂਰੀ ਔਨਲਾਈਨ ਸੇਵਾ ਹੈ, ਪਲੀਜ਼ ਕਰਿਓ, ਇਹ ਬਹੁਤ ਜ਼ਰੂਰੀ ਹੈ। ਹੱਥ ਜੋੜ ਕੇ ਬੇਨਤੀਆਂ ਕਰ ਰਹੇ ਹਾਂ ਜੀ, ਜਿਹੜੇ ਪਲੇਟਫਾਰਮ 'ਤੇ ਤੁਹਾਨੂੰ ਇਹ ਵੀਡੀਓ ਮਿਲ ਰਹੀ ਹੈ ਉਹ ਸ਼ੇਅਰ ਕਰਿਓ। ਮੈਂ ਤੁਹਾਨੂੰ ਫੈਸਿਲਿਟੀ ਵੀ ਦਿਖਾਉਣਾ, ਮੋਹਾਲੀ ਸੈਕਟਰ 69 ਦੇ ਵਿੱਚ ਕ੍ਰੀਏਟ ਕੀਤੀ ਗਈ ਹੈ ਫੈਸਿਲਿਟੀ। ਹੈ ਟੋਟਲ ਫ੍ਰੀ ਆਫ ਕੋਸਟ, ਖਾਣੇ ਦਾ, ਮੈਡੀਸਿਨ ਦਾ, ਕਿਸੇ ਵੀ ਤਰੀਕੇ ਦਾ ਚਾਰਜ ਨਹੀਂ ਹੈ ਇੱਥੇ। ਇਹ ਸੰਗਤ ਦੇ ਪੈਸੇ ਨਾਲ ਇਕੱਠੀ ਕੀਤੀ ਗਈ ਹੈ, ਸੇਵਾ ਸ਼ੁਰੂ ਕੀਤੀ ਗਈ ਹੈ। ਤੁਹਾਡੇ ਤੋਂ ਇਹੀ ਸਹਿਯੋਗ ਚਾਹੀਦਾ ਕਿ ਵੀਡੀਓ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ। ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਦੇਖ ਰਹੇ ਹੋ, ਕੋਵਿਡ ਕੇਅਰ ਸੈਂਟਰ ਸੈਕਟਰ 69 ਮੋਹਾਲੀ ਦੇ ਵਿੱਚ ਕ੍ਰੀਏਟ ਕੀਤਾ ਗਿਆ। ਵਾਹਿਗੁਰੂ, ਆਪਾਂ ਅੰਦਰ ਚੱਲਦੇ ਹਾਂ, ਮੈਂ ਤੁਹਾਨੂੰ ਦਿਖਾਉਂਦਾ ਸੰਗਤ ਨੇ, ਉਹ ਗੁਰੂ ਸਾਹਿਬ ਜੀ ਉਸ ਅਕਾਲ ਪੁਰਖ ਦੀ ਸੰਗਤ ਨੇ ਕਿੰਨੀ ਸੋਹਣੀ ਫੈਸਿਲਿਟੀ ਕ੍ਰੀਏਟ ਕਰਕੇ ਦਿੱਤੀ ਹੈ। ਆ ਜਾਓ, ਦਿਓ ਕੈਮਰਾ ਦਿਓ। ਸੋ ਵਾਹਿਗੁਰੂ ਜੀ, ਇਹ ਰਿਸਟ੍ਰਿਕਟਿਡ ਏਰੀਆ, ਕੱਲ੍ਹ ਯਾਨੀ 19 ਤਰੀਕ ਤੋਂ, 19 ਮਈ 2021 ਤੋਂ ਇਹ ਫੈਸਿਲਿਟੀ ਸ਼ੁਰੂ ਹੋ ਰਹੀ ਹੈ ਰਿਸਟ੍ਰਿਕਟਿਡ ਏਰੀਆ। ਕੱਲ੍ਹ ਸਵੇਰੇ 9 ਵਜੇ ਤੋਂ ਆਕਸੀਜਨ ਬੈਡਸ ਨੇ, ਸਾਰੀ ਫੈਸਿਲਿਟੀ ਟੋਟਲ ਟੋਪ ਆਫ ਦੀ ਕਲਾਸ ਸ਼ੁਰੂ ਕੀਤੀ ਗਈ ਹੈ। ਸਾਰੇ ਬੈਡਸ ਲੱਗ ਚੁੱਕੇ ਨੇ, ਬਹੁਤ ਵਧੀਆ ਫੈਸਿਲਿਟੀ ਕ੍ਰੀਏਟ ਕੀਤੀ ਗਈ ਹੈ। ਪੇਸ਼ੈਂਟ ਨੂੰ ਕਿਸੇ ਵੀ ਚੀਜ਼ ਤੋਂ ਲਈ ਘਬਰਾਉਣ ਦੀ ਲੋੜ ਨਹੀਂ ਹੈ। ਹੁੰਦਾ ਕਿਆ ਹੈ, ਉਹ ਵੀਡੀਓਜ਼ ਆਉਂਦੀਆਂ ਨਹੀਂ ਬਈ ਪੇਸ਼ੈਂਟ ਨੂੰ ਖਾਣ ਨੂੰ ਨਹੀਂ ਮਿਲਿਆ, ਪਾਣੀ ਪੀਣ ਨੂੰ ਨਹੀਂ ਮਿਲਿਆ, ਲੇਕਿਨ ਸਰਵ ਹਿਊਮੈਨਿਟੀ, ਸਰਵ ਗੋਡ ਨਾਲ ਮੂਵਮੈਂਟ ਨਾਲ ਜੁੜੇ ਸਾਰੇ ਲੋਕ ਜਾਣਦੇ ਹੈ ਕਿਸ ਹਿਊਮੈਨੀਟੇਰੀਅਨ ਅਪਰੋਚ ਨਾਲ, ਕਿਸ ਇਨਸਾਨੀ ਪੱਖ ਨੂੰ ਅੱਗੇ ਰੱਖਦੇ ਹੋਏ ਸੇਵਾਵਾਂ, ਪੂਰੀ ਸੇਵਾ ਭਾਵਨਾ ਕੀਤੀ ਜਾਂਦੀ ਹੈ, ਉਸ ਅਕਾਲ ਪੁਰਖ ਨੂੰ ਧਿਆ ਕੇ ਕੀਤੀ ਜਾਂਦੀ ਹੈ। ਇਸੇ ਲਈ ਤੁਹਾਨੂੰ ਵਾਰ ਵਾਰ ਬੇਨਤੀਆਂ ਕਰ ਰਹੇ ਹਾਂ, ਵੀਡੀਓ ਸ਼ੇਅਰ ਕਰੋ। ਇਹ ਪਿੱਛੇ ਤੁਸੀਂ ਸ਼ੈੱਡ ਪੈਂਦਾ ਦੇਖ ਰਹੇ ਹੋ ਨਾ, ਪੂਰਾ ਵਧੀਆ। ਇੱਥੇ ਗੁਰੂ ਸਾਹਿਬ ਨੂੰ ਯਾਦ ਕਰਾਂਗੇ, ਉਸ ਅਕਾਲ ਪੁਰਖ ਨੂੰ ਯਾਦ ਕਰਾਂਗੇ, ਕੀਰਤਨ ਕਰਿਆ ਕਰਾਂਗੇ। ਸੋ ਇਹ ਸਾਰੀ ਸੇਵਾਵਾਂ ਨਾਲ ਨਾਲ ਚੱਲਣਗੀਆਂ, ਠੀਕ ਹੈ। ਸ਼ਨੀਵਾਰ ਐਤਵਾਰ ਕੀਰਤਨ ਦੀ ਸੇਵਾਵਾਂ ਭਾਅ ਜੀ ਉਹਨਾਂ ਨੂੰ ਕਹਾਂਗੇ, ਇੱਥੇ ਨਿਭਾਈਆਂ ਜਾਣਗੀਆਂ। ਆ ਬਹੁਤ ਵਧੀਆ, ਕੱਲ੍ਹ ਤੱਕ ਤਿਆਰ ਹੋ ਜਾਏਗਾ, ਇੰਸਪੈਕਸ਼ਨ ਹੋ ਚੁੱਕੀ ਹੈ, ਪਾਸ ਹੋ ਚੁੱਕਿਆ ਸਾਰਾ ਕੁਛ। ਕੱਲ੍ਹ ਸਵੇਰੇ 9 ਵਜੇ ਤੋਂ ਇਹ ਫੈਸਿਲਿਟੀ ਓਪਰੇਟ ਹੋ ਜਾਏਗੀ।